ਅੱਜ ਦਾ ਸਮਾਗਮ ਜਿਹੜਾ ਜੀ ਬੱਚਿਆਂ ਦਾ, ਬੀਬੀਆਂ ਦਾ ਔਰ ਸਿੰਘਾਂ ਦਾ ਕੰਪੀਟੀਸ਼ਨ ਅਸੀਂ ਬੜੇ ਦਿਨਾਂ ਤੋਂ ਸ਼ੁਰੂ ਕੀਤਾ। ਅਸੀਂ ਸਿਲੈਕਸ਼ਨ ਰਾਊਂਡ ਦੇ ਹੋਏ ਨੇ, ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋਇਆ ਸੀ, ਗੁਰਦੁਆਰਾ ਭੱਠਾ ਸਾਹਿਬ, ਗੁਰਦੁਆਰਾ ਬਾਣਗੜ੍ਹ ਸਾਹਿਬ ਔਰ ਨੰਗਲ ਮੇਨ ਮਾਰਕੀਟ ਇੱਕ ਸਮਾਗਮ ਹੋਇਆ, ਨੂਰਪੁਰ ਬੇਦੀਆਂ, ਇਸ ਤਰ੍ਹਾਂ ਕਰਕੇ ਅੱਜ ਦਾ ਜਿਹੜਾ ਸਮਾਗਮ ਹੈ ਫਾਈਨਲ ਹੈ। ਬੱਚਿਆਂ ਦੇ ਕੋਲੋਂ ਲਾਸਟ ਸੁਣ ਰਹੇ ਹਾਂ, ਕੱਲ੍ਹ ਵੀ ਕੁਝ ਸੁਣਾਂਗੇ ਜਿਹੜੇ ਅੱਜ ਸਿਲੈਕਟ ਕਰਾਂਗੇ। ਮੇਨ ਮਕਸਦ ਸਾਡਾ ਹੀ ਹੈ, ਜੀਵਨ ਜਾਤ ਸਮਾਗਮ ਅਸੀਂ ਆਰੰਭ ਕੀਤੇ ਸਨ ਦਿੱਲੀ ਤੋਂ 2011 'ਚ, ਕੰਪੀਟੀਸ਼ਨ ਬੀਬੀਆਂ ਤੋਂ ਹੀ ਲੈ ਕੇ ਸ਼ੁਰੂ ਕੀਤੇ ਸਨ, ਉਹੀ ਲੜੀ ਚੱਲਦੀ ਆ ਰਹੀ ਹੈ। ਜਿਹੜੀ ਇੱਥੇ ਦੀ ਸੰਗਤਾਂ ਕੁਝ ਉਤਸ਼ਾਹ ਦਿੱਤਾ ਸੀ ਵੀ ਇੱਥੇ ਵੀ ਪ੍ਰੋਗਰਾਮ ਕਰੋ, ਬੜੀ ਮਹਾਰਾਜ ਦੀ ਬਖਸ਼ਿਸ਼ ਹੈ, ਖੁਸ਼ੀ ਦੇ ਨਾਲ ਹੁੰਗਾਰਾ ਮਿਲਿਆ। ਬੜਾ ਉਤਸ਼ਾਹ ਬੱਚਿਆਂ ਦੇ ਵਿੱਚ, ਬੀਬੀਆਂ 'ਚ ਵੀ ਬੜਾ ਚਾਅ। ਕੁਝ ਲੋਕ ਅੱਜ ਵੀ ਕਹਿ ਰਹੇ ਸਨ ਕਿ ਬਹੁਤ ਅੱਛਾ ਲੱਗ ਰਿਹਾ ਸਾਨੂੰ, ਪਹਿਲੀ ਵਾਰੀ ਇਹ ਪ੍ਰੋਗਰਾਮ ਹੋ ਰਿਹਾ। ਨਹੀਂ ਜੀ, ਇਹ ਗੁਰਬਾਣੀ ਵਿਰਸਾ ਸੰਭਾਲ ਸਤਸੰਗ ਟਕਸਾਲ ਵੱਲੋਂ ਹੈ, ਸਹਿਯੋਗ ਅਸੀਂ ਦਿੱਲੀ 'ਚ ਦਿੱਲੀ ਕਮੇਟੀ ਦਾ ਲੈਂਦੇ ਹਾਂ, ਸਾਨੂੰ ਸਟੇਜਾਂ ਦੀ ਲੋੜ ਹੁੰਦੀ ਹੈ ਅਤੇ ਇੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸਟੇਜਾਂ ਜਿਹੜੀਆਂ ਉਹਨਾਂ ਦੇ ਸਹਿਯੋਗ ਨਾਲ ਮਿਲ ਰਹੀਆਂ। ਇਹ ਜਿਹੜੀ ਸਮਾਗਮ ਦੀ ਲੜੀ ਚੱਲਦੀ ਆਈ ਹੈ ਗੁਰਬਾਣੀ ਵਿਰਸਾ ਸੰਭਾਲ ਸਤਸੰਗ ਟਕਸਾਲ ਵੱਲੋਂ। ਕਿੰਨੀਆਂ ਟੀਮਾਂ ਜਿਹੜੀਆਂ ਫਾਈਨਲ ਰਾਊਂਡ ਦੇ ਵਿੱਚ ਪੁੱਜੀਆਂ ਨੇ ਅਤੇ ਕਿਸ ਤਰ੍ਹਾਂ ਦਾ ਰਿਸਪੋਂਸ ਰਿਹਾ? ਰਿਸਪੋਂਸ ਬਹੁਤ ਅੱਛਾ ਰਿਹਾ ਸਾਡੇ ਕੋਲ, ਕੋਈ 58 ਜੱਥੇ ਆਏ ਨੇ, ਜਦ ਅਸੀਂ ਪ੍ਰਚਾਰ ਨਹੀਂ ਕਰ ਪਾਏ, ਆਪ ਹੀ ਸੰਗਤ ਨੇ ਪ੍ਰਚਾਰ ਕੀਤਾ, ਉਤਸ਼ਾਹ ਸੰਗਤ ਦਾ ਆਪਣਾ, ਔਰ ਅੱਜ 19 ਟੀਮਾਂ ਆਈਆਂ ਨੇ ਜਿਹੜੀਆਂ ਸਿਲੈਕਟ ਕੀਤੀਆਂ ਗਈਆਂ ਸਨ, ਔਰ ਕੱਲ੍ਹ ਵੀ ਕੁਝ ਨਿਕਲਣਗੇ, ਕੱਲ੍ਹ ਵਾਸਤੇ ਵੀ ਕੋਈ ਜੱਥੇ ਇਹਦੇ ਵਿੱਚੋਂ ਲਵਾਂਗੇ। ਮੈਂ ਦਾਸ ਨਿਸ਼ੀ ਜੀ, ਬੀਬੀ ਨਰਿੰਦਰ ਕੌਰ,
ਗੁਰਬਾਣੀ ਵਿਰਸਾ ਸੰਭਾਲ ਔਰ ਇਹ ਭਾਈ ਗੁਰਮੁਖ ਸਿੰਘ ਜੀ ਜੱਜ ਦੀ ਡਿਊਟੀ ਵੀ ਨਿਭਾਉਂਦੇ ਨੇ, ਹਰ ਤਰ੍ਹਾਂ ਦੀ ਡਿਊਟੀ ਨਿਭਾਉਂਦੇ ਨੇ। ਇਹਨਾਂ ਦਾ ਮੈਂ ਤਾਰੀਫ ਨਹੀਂ ਕਰ ਸਕਦੀ। ਬੀਬੀ ਤੇਜਿੰਦਰ ਕੌਰ ਜੀ ਸਾਡੇ ਨਾਲ ਆਏ ਨੇ, ਬੀਬੀ ਰਘਵੀਰ ਹੋਰ ਆਈ, ਸੰਗਤ ਆਈ ਹੈ ਨਾਲ, ਅਤੇ ਮੇਰੇ ਵੀਰ ਪਰਮਜੀਤ ਸਿੰਘ ਜੀ, ਮਨਜੀਤ ਸਿੰਘ ਜੀ ਬਹੁਤ ਅੱਛਾ ਕੀਰਤਨ ਵੀ ਕਰਦੇ ਨੇ, ਔਰ ਮੈਂ ਵੇਖਿਆ ਕਿ ਤਬਲਾ ਵਜਾਉਂਦੇ, ਮਤਲਬ ਸਾਰੇ ਗੁਣਾਂ ਵਿੱਚ ਮਹਾਰਾਜ ਦੀ ਕਿਰਪਾ ਬਖਸ਼ੇ, ਚੜ੍ਹਦੀ ਕਲਾ। ਅੱਜ ਇਹਨਾਂ ਦਾ ਜੱਜ ਸਾਹਿਬਾਨ ਵਜੋਂ ਪੂਰਾ ਸਹਿਯੋਗ ਹੈ। ਸਭ ਤੋਂ ਪਹਿਲੇ ਤਾਂ ਇੱਧਰ ਦਾ ਮਾਹੌਲ ਆਨੰਦਪੁਰ ਸਾਹਿਬ ਦਾ ਆਨੰਦਮਈ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਸੀਸ ਦਾ ਸੰਸਕਾਰ ਹੋਇਆ, ਅਤੇ ਇੱਧਰ ਆ ਕੇ ਤਾਂ ਵੈਸੇ ਅਸੀਂ ਆਪਣੇ ਆਪ ਨੂੰ ਬੜੇ ਭਾਗੇ ਸਮਝ ਰਹੇ ਹਾਂ ਕਿ ਸਾਨੂੰ ਸੇਵਾ ਦਾ ਮੌਕਾ ਮਿਲਿਆ। ਅਤੇ ਸਮਾਗਮ ਅਸੀਂ ਆਡੀਸ਼ਨ ਲੈਂਦੇ ਰਹੇ, ਜਿਹਦੇ ਵਿੱਚ 60 ਤੋਂ ਉੱਪਰ ਜੱਥੇ ਆਏ ਸੀਗੇ, ਅਤੇ ਸਿਲੈਕਸ਼ਨ ਰਾਊਂਡ ਵਿੱਚ 20 ਜੱਥੇ ਪਹੁੰਚੇ ਆਪਣੇ ਕੋਲ, ਅਤੇ 1-2 ਜੱਥੇ ਜੋ ਹੋਰ ਆ ਰਹੇ ਨੇ ਉਹਨਾਂ ਦੀ ਉਮੀਦ ਆਉਣ ਦੀ ਕਿ ਉਹ ਵੀ ਜਲਦੀ ਪਹੁੰਚ ਜਾਣਗੇ। ਅਤੇ ਰਿਸਪੋਂਸ ਜਿਵੇਂ ਦਿੱਲੀ ਵੀ ਸਮਾਗਮ ਹੋਇਆ ਸੀ ਐਵੇਂ ਦਾ, ਅਤੇ ਉਸ ਤਰ੍ਹਾਂ ਦਾ ਇਹ ਰਿਸਪੋਂਸ ਇੱਧਰ ਲੱਗ ਰਿਹਾ। ਬੱਚੇ ਮਤਲਬ ਬਾਣੀ ਨਾਲ ਐਵੇਂ ਜੁੜੇ ਪਏ ਨੇ, ਜਦ ਗੁਰਬਾਣੀ ਕੰਠ ਮੁਕਾਬਲਾ ਵੀ ਰੱਖਿਆ ਆਪਾਂ ਕੀਰਤਨ ਦੇ ਨਾਲ, ਉਹ 'ਚ ਬੱਚਿਆਂ ਨੂੰ 15 ਬਾਣੀਆਂ ਕੰਠ ਹੈ, 19 ਬਾਣੀ ਕੰਠ ਹੈ, 20 ਬਾਣੀ ਤੱਕ ਕੰਠ ਨੇ। ਜਿਸ ਤਰ੍ਹਾਂ ਨਿਤਨੇਮ ਦੀ 5 ਬਾਣੀਆਂ ਲਵੋ, ਸੁਖਮਨੀ ਸਾਹਿਬ ਦੀ ਪੂਰੀ ਬਾਣੀ, ਆਸਾ ਦੀ ਵਾਰ ਦੀ ਪੂਰੀ ਬਾਣੀ, ਕੁਚੱਜੀ ਬਾਣੀ, ਸੁਚੱਜੀ ਬਾਣੀ, ਗੁਣਵੰਤੀ ਬਾਣੀ, ਤਾਂ ਬੇਅੰਤ ਬਾਣੀ ਹੈ। ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੇ ਸਕੂਲ ਗੋਇੰਗ ਨੇ, ਜਿਹੜੇ 9 'ਚ ਪੜ੍ਹਦੇ ਨੇ, 10 'ਚ ਪੜ੍ਹਦੇ ਨੇ, ਅਤੇ ਮਨ ਨੂੰ ਬੜਾ ਖੁਸ਼ੀ ਹੁੰਦੀ ਹੈ ਕਿ ਇਹ ਪਾਵਨ ਸਥਾਨ 'ਤੇ ਜਿਹੜੇ ਵਜਨੀਕ ਨੇ, ਬੱਚੇ ਰਹਿੰਦੇ ਨੇ, ਅਤੇ ਗੁਰਬਾਣੀ ਵਿਰਸੇ ਨੂੰ ਸੰਭਾਲ ਕੇ ਬੈਠੇ ਨੇ, ਅਤੇ ਸਾਬਤ ਸੂਰਤ ਨੇ, ਅਤੇ ਇਹ ਅਸੀਂ ਨਿਹਾਲ ਇਸ ਜਗ੍ਹਾ 'ਤੇ ਆ ਕੇ ਅਤੇ ਪਰਮਾਤਮਾ ਪਾਸੋਂ ਅਰਦਾਸ ਕਰਦੇ ਹਾਂ। ਇਸ ਤਰ੍ਹਾਂ ਹੀ ਬੱਚੇ ਚੜ੍ਹਦੀ ਕਲਾ 'ਚ ਰਹਿਣ ਅਤੇ ਦੇਸ਼ ਕੌਮ ਦਾ ਨਾਮ ਰੋਸ਼ਨ ਕਰਦੇ ਰਹਿਣ। ਸਮੂਹ ਸੰਗਤਾਂ ਦੇ ਅਸੀਸ ਦੇ ਨਾਲ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੱਚੇ ਬਹੁਤ ਵਧੀਆ ਪਰਫੋਰਮੈਂਸ ਦੇ ਰਹੇ ਨੇ, ਅਤੇ ਸਾਡੇ ਸਤਿਕਾਰਯੋਗ ਮਾਤਾ ਨਰਿੰਦਰ ਕੌਰ ਜੀ ਦੀ ਅਗਵਾਈ ਹੇਠ ਸਾਡੇ ਗੁਰਮੁਖ ਪਿਆਰੇ ਗੁਰਮੁਖ ਸਿੰਘ ਵੀਰ ਜੀ ਹੋਣੀ ਜੋ ਬਹੁਤ ਗੁਣੀ ਨੇ, ਉਹਨਾਂ ਨੂੰ ਦੇਖ ਕੇ ਹੋਰ ਉਤਸ਼ਾਹਿਤ ਹੋ ਰਹੇ ਨੇ। ਅਤੇ ਗੁਰੂ ਸਾਹਿਬ ਜੀ ਦੀ ਧਰਤੀ ਹੈ, ਤੁਹਾਨੂੰ ਪਤਾ ਇੱਥੇ ਜਿਹੜਾ ਕੋਈ ਵੀ ਬੱਚਾ ਹੋਏਗਾ ਮਹਾਰਾਜ ਦੀ ਕਿਰਪਾ ਨਾਲ ਪ੍ਰਫੁੱਲਿਤ ਹੋਏਗਾ, ਚੜ੍ਹਦੀ ਕਲਾ ਵਿੱਚ ਹੋਏਗਾ। ਬਸ ਇਹੀ ਕਹਿਣਾ ਚਾਹਾਂਗੇ, ਅਰਦਾਸ ਕਰਾਂਗੇ ਕਿ ਬੱਚੇ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪਰਮਾਤਮਾ ਜੀ ਇਹਨਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ, ਗੁਰਮੁਖ ਦੀ ਦਾਤ ਬਖਸ਼ਿਸ਼ ਕਰਨ।